ਸਾਥ ਸੰਗਤ ਭੈਣਾਂ ਮਾਵਾਂ ਨੌਜਵਾਨ ਵੀਰ ਬਜ਼ੁਰਗ ਤੇ ਸਾਰੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ, ਮੰਤਰੀ ਸਾਹਿਬ, ਸਾਰੇ ਦਰਜਾ ਬਦਰਜਾ ਅਹੁਦੇਦਾਰ ਸਾਹਿਬਾਨ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੱਥ ਜੋੜ ਕੇ ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ ਕਿ ਇੰਨੀ ਗਰਮੀ 'ਚ ਤੁਹਾਨੂੰ ਇੰਤਜ਼ਾਰ ਕਰਨਾ ਪਿਆ। ਬਹੁਤ ਟਾਈਮ ਤੋਂ ਤੁਸੀਂ ਬੈਠੇ ਹੋ ਇੱਥੇ ਗਰਮੀ 'ਚ। ਬਹੁਤ ਬਹੁਤ ਧੰਨਵਾਦ, ਕਿਉਂਕਿ ਪਿਛਲੇ ਪ੍ਰੋਗਰਾਮਾਂ 'ਤੇ ਥੋੜ੍ਹਾ ਜਿਹਾ ਟਾਈਮ ਵੱਧ ਲੱਗ ਜਾਂਦਾ। ਪਿਆਰ ਇੰਨਾ ਦੇ ਰਹੀਆਂ ਨੇ ਮਾਵਾਂ ਭੈਣਾਂ, ਨੌਜਵਾਨ ਵੀਰ ਬਜ਼ੁਰਗ ਸਾਰੇ, ਸੋ ਸਾਰਿਆਂ ਦੀਆਂ ਗੱਲ ਸੁਣਨੀ ਵੀ ਪੈਂਦੀ ਹੈ। ਜਦੋਂ ਆਪਾਂ ਕਿਤੇ ਗਏ ਹਾਂ ਤਾਂ ਫਿਰ ਉਹਨਾਂ ਦਾ ਦੁੱਖ ਸੁੱਖ ਜਿੰਨਾ ਕੁ ਉਹਨਾਂ ਨੂੰ ਲੱਗਦਾ ਹੈਗਾ ਕਿ ਹੁਣੇ ਗੱਲ ਕਰਨ ਵਾਲੀ ਹੈ, ਤਾਂ ਫਿਰ ਉਹ ਭੱਜਿਆ ਵੀ ਨਹੀਂ ਜਾਂਦਾ, ਕਿਉਂਕਿ ਇਕੱਲੀਆਂ ਵੋਟਾਂ ਦਾ ਮਤਲਬ ਨਹੀਂ ਹੁੰਦਾ। ਅਸੀਂ ਸਿਰਫ ਇਕੱਲੀਆਂ ਵੋਟਾਂ ਲੈਣ ਨਹੀਂ ਆਏ, ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇਹ ਇੱਕ ਬਹਾਨਾ ਬਣ ਜਾਂਦਾ ਤੁਹਾਨੂੰ ਮਿਲਣ ਦਾ। ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਕਿ ਸਾਰੀ ਟੀਮ ਜਿੱਦਾਂ ਲੱਗੀ ਹੋਈ ਆ ਤੁਹਾਡੇ ਨਾਲ, ਪਰਿਵਾਰ ਵਾਂਗੂ ਤੁਹਾਡੇ ਨਾਲ ਸਾਰੇ ਵਿਚਰ ਰਹੇ ਨੇ। ਪਹਿਲਾਂ ਵੀ ਦੋ ਵਾਰੀ ਤੁਸੀਂ ਨੇ ਜਲੰਧਰ ਇਲੈਕਸ਼ਨ 'ਚ ਬਹੁਤ ਪਿਆਰ ਦਿੱਤਾ, ਭਗਵੰਤ ਬਾਈ ਜੀ ਨੂੰ ਇੰਨਾ ਮਾਣ ਦਿੱਤਾ, ਉਸੇ ਤੁਹਾਡੇ ਪਿਆਰ ਦੇ ਸਦਕਾ, ਤੁਹਾਡੇ ਮਾਣ ਦੇ ਸਦਕਾ, ਤੁਹਾਡੇ ਸਤਿਕਾਰ ਦੇ ਸਦਕਾ, ਉਹ ਕਹਿੰਦੇ ਹੁਣ ਜਿਹੜੀ ਜਲੰਧਰ ਇਲੈਕਸ਼ਨ ਆਈ ਹੈ ਇਹ ਆਉਣੀ ਨਹੀਂ ਚਾਹੀਦੀ ਸੀ, ਆਪਣੇ 'ਤੇ ਭਾਰ ਹੈ ਇੱਕ ਤਰ੍ਹਾਂ ਦਾ, ਪਰ ਜਦੋਂ ਹੁਣ ਆ ਗਈ ਹੈ, ਜਦੋਂ ਛੱਡ ਕੇ ਚਲੇ ਗਏ ਤਾਂ ਫਿਰ ਉਹ ਆਪਾਂ ਨੂੰ ਮੌਕਾ ਮਿਲ ਗਿਆ ਕਿਸੇ ਵਧੀਆ ਬੰਦੇ ਨੂੰ ਜਿਤਾਉਣ ਦਾ, ਕਿਉਂਕਿ ਪਹਿਲਾਂ ਪਰਖਣ 'ਚ ਸਾਥੋਂ ਥੋੜ੍ਹੀ ਜਿਹੀ ਗਲਤੀ ਹੋ ਗਈ ਸੀ। ਕਹਿੰਦੇ ਹੈ ਕਿ ਵਾਹ ਪੈ ਜਾਣੀਏ ਜਾਂ ਰਾਹ ਪੈ ਜਾਣੀਏ, ਬੰਦੇ ਨਾਲ ਵਾਹ ਪੈ ਕੇ ਪਤਾ ਲੱਗਦਾ ਕਿ ਉਹਦੇ 'ਚ ਕੀ ਗੁਣ ਨੇ। ਸੋ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ, ਆਪਾਂ ਨੇ ਇਹ ਦੇਖਣਾ ਹੈ ਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ। ਜੇ ਕੋਈ MLA, ਮੰਤਰੀ, ਮੁੱਖ ਮੰਤਰੀ ਇਹ ਸਮਝੇ ਕਿ ਮੈਂ ਲੋਕਾਂ ਨੂੰ ਜਿਵੇਂ ਮਰਜ਼ੀ ਬੇਵਕੂਫ ਬਣਾ ਲਵਾਂ, ਕਦੇ ਮੈਂ ਇੱਧਰ ਕਦੇ ਮੈਂ ਇੱਧਰ, ਲੋਕ ਮੇਰੇ ਪਿੱਛੇ ਆਈ ਜਾਣਗੇ, ਤਾਂ ਲੋਕ ਜਦੋਂ ਸਿਆਣੇ ਹੁੰਦੇ ਹੈ ਤਾਂ ਫਿਰ ਉਹ ਕਹਿ ਦਿੰਦੇ ਆ ਕਿ ਜੇ ਅਸੀਂ ਤੁਹਾਨੂੰ ਜਿਤਾ ਸਕਦੇ ਹਾਂ ਤਾਂ ਅਸੀਂ ਤੁਹਾਨੂੰ ਹਰਾ ਵੀ ਸਕਦੇ ਹਾਂ। ਜਿਹੜੀਆਂ ਪਹਿਲੀਆਂ ਇਲੈਕਸ਼ਨਾਂ 'ਚ ਤੁਸੀਂ ਨੇ ਕਰਕੇ ਹੀ ਦਿਖਾਏ। ਸੋ ਇਹ ਜਿਹੜਾ ਤੁਹਾਡਾ ਮਾਣ ਪਿਆਰ ਬਾਈ ਜੀ ਲਈ ਇੰਨਾ ਤੁਸੀਂ ਪਿਆਰ ਸਤਿਕਾਰ ਦੇ ਰਹੇ ਹੋ, ਉਸੇ ਪਿਆਰ ਸਤਿਕਾਰ ਦੇ ਸਦਕਾ ਉਹ ਕਹਿੰਦੇ ਜਲੰਧਰ 'ਚ ਰਹਿਣਾ ਹੈ, ਜਲੰਧਰ ਦੇ ਲੋਕਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ, ਕਿਉਂਕਿ ਜਦੋਂ ਵੋਟਾਂ ਹੁੰਦੀਆਂ ਨੇ ਅਸੀਂ ਤੁਹਾਡੇ ਕੋਲ ਆਉਂਦੇ ਹਾਂ ਵੋਟਾਂ ਮੰਗਣ ਵਾਸਤੇ, ਤਾਂ ਬਾਅਦ 'ਚ ਫਿਰ ਕੰਮ ਕਰਾਉਣ ਲਈ ਤੁਹਾਨੂੰ ਕਿਉਂ ਜਾਣਾ ਪਵੇ ਚੰਡੀਗੜ੍ਹ, ਫਿਰ ਸਰਕਾਰ ਇੱਥੇ ਹੋਵੇ ਨਾ, ਸਰਕਾਰ ਤੁਹਾਡੇ ਸ਼ਹਿਰ 'ਚ ਹੋਵੇ, ਤੁਹਾਡੇ ਜਿਹੜੇ ਛੋਟੇ ਛੋਟੇ ਕੰਮ ਨੇ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਉੱਥੇ ਜਿਹੜੇ ਘਰ ਲਿਆ ਕਿਰਾਏ 'ਤੇ ਉਹਦੇ 'ਤੇ ਲੋਕ ਆਉਂਦੇ ਨੇ, ਛੋਟੀਆਂ ਛੋਟੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਦਾ, ਕੋਈ ਮਜ਼ਦੂਰ ਹੈ, ਕੋਈ ਆਪਣਾ ਛੋਟਾ ਵਪਾਰ ਕਰਕੇ ਕੋਈ ਆਪਣਾ ਪੇਟ ਪਾਲ ਰਿਹਾ, ਛੋਟੇ ਛੋਟੇ ਕੰਮ ਹੁੰਦੇ ਨੇ, ਤਾਂ ਚੰਡੀਗੜ੍ਹ ਬਹੁਤ ਦੂਰ ਪੈਂਦਾ। ਸੋ ਹੁਣ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਊਗੀ, ਇੱਥੇ ਤੁਹਾਡੇ ਸ਼ਹਿਰ 'ਚ ਜਲੰਧਰ 'ਚ ਘਰ ਹੋਊਗਾ, ਮਾਨ ਸਾਹਿਬ ਵੀ ਆਇਆ ਕਰਨਗੇ, ਸਾਡੇ ਪਰਿਵਾਰ ਤੋਂ ਕੋਈ ਨਾ ਕੋਈ ਮੈਂਬਰ ਇੱਥੇ ਰਹੂਗਾ, ਅਤੇ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਹੋਣਗੀਆਂ ਉਹ ਨਾਲ ਨਾਲ ਹੱਲ ਹੋਣਗੀਆਂ। ਸਰਕਾਰ ਨੇ 2022 'ਚ ਜਦੋਂ ਸਰਕਾਰ ਬਣੀ ਸੀ ਤਾਂ ਬਾਈ ਜੀ ਨੇ ਜਿੰਨੀਆਂ ਗਰੰਟੀਆਂ ਕਿਹਾ ਸੀ, ਚਾਹੇ ਉਹ ਬਿਜਲੀ ਦੀ ਹੋਵੇ, ਚਾਹੇ ਉਹ ਰੁਜ਼ਗਾਰ ਦੀ ਹੋਵੇ, ਚਾਹੇ ਉਹ ਪਾਣੀ ਦੀ ਹੋਵੇ, ਚਾਹੇ ਉਹ ਸਿਹਤ ਸਹੂਲਤਾਂ ਦੀ ਹੋਵੇ, ਮੁਹੱਲਾ ਕਲੀਨਿਕ ਖੁੱਲ੍ਹ ਰਹੇ ਨੇ, ਸਕੂਲ ਬਣ ਰਹੇ ਨੇ, ਹਸਪਤਾਲ ਬਣ ਰਹੇ ਨੇ, ਪਰ ਤੁਸੀਂ ਆਪ ਹੀ ਸਿਆਣੇ ਹੋ, ਜਦੋਂ ਸਿਸਟਮ ਬਹੁਤ ਵਿਗੜਿਆ ਹੋਇਆ ਹੁੰਦਾ ਹੈ, 60-70 ਸਾਲ ਦਾ ਵਿਗੜਿਆ ਹੋਇਆ ਸਿਸਟਮ, ਉਹਨੂੰ ਬਣਾਉਣ ਸੁਧਾਰਨ ਲਈ ਥੋੜ੍ਹਾ ਜਿਹਾ ਟਾਈਮ ਲੱਗ ਰਿਹਾ। ਨੀਅਤ ਦੀ ਕੋਈ ਘਾਟ ਨਹੀਂ ਹੈ, ਨੀਅਤ ਦੀ ਕੋਈ ਘਾਟ ਨਹੀਂ ਹੈ, ਟਾਈਮ ਲੱਗ ਰਿਹਾ, ਉਹਦੇ 'ਚ ਤੁਹਾਡੇ ਸਾਥ ਦੀ ਵਾਰ ਵਾਰ ਲੋੜ ਪਊਗੀ, ਤੁਹਾਡੇ ਕੋਲ ਵਾਰ ਵਾਰ ਆਵਾਂਗੇ, ਕਿਉਂਕਿ ਜਿਹੜੀ ਲੜਾਈ ਹੈ ਬਹੁਤ ਵੱਡੀ ਹੈ। ਨਸ਼ੇ ਦੀ ਜਿਹੜੀ
ਪਿਛਲੀਆਂ ਸਰਕਾਰਾਂ ਨੇ ਜਿਹੜੀ ਸਾਨੂੰ ਸਾਡੇ ਨੌਜਵਾਨਾਂ ਨੂੰ ਨਸ਼ੇ ਦੀ ਜਿਹੜੀ ਲਾਹਮਤ ਦਿੱਤੀ ਹੈ ਉਹਨੂੰ ਜੜੋਂ ਫੁੱਟਣ ਵਾਸਤੇ ਬਹੁਤ ਜ਼ਿਆਦਾ ਤੁਹਾਡੇ ਸਾਥ ਦੀ ਅਤੇ ਬਹੁਤ ਜ਼ਿਆਦਾ ਉਹਦੇ ਵਾਸਤੇ ਸਰਕਾਰ ਦੇ ਜਿਹੜੇ ਉਪਰਾਲਿਆਂ ਦੀ ਲੋੜ ਹੈ ਤਾਂ ਉਹ ਤੁਸੀਂ ਸਾਥ ਦਿਓਗੇ, ਵਾਰ ਵਾਰ ਤੁਹਾਡੇ ਕੋਲ ਆਵਾਂਗੇ, ਤੁਸੀਂ ਸਾਥ ਦਿਓਗੇ ਤਾਂ ਇਹ ਜਿਹੜੀਆਂ ਬੁਰਾਈਆਂ ਸਾਨੂੰ ਚਿੰਬੜੀਆਂ ਹੋਈਆਂ ਨੇ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਕਰਨਾ ਉਹਨੇ ਹੈ ਸਾਰਾ ਕੁਛ। ਪਰ ਇੱਕ ਬੰਦੇ ਦੀ ਜਦੋਂ ਨੀਅਤ ਸਾਫ਼ ਹੁੰਦੀ ਹੈ ਤਾਂ ਪਰਮਾਤਮਾ ਵੀ ਉਹਨੂੰ ਫਲ ਲਾਉਂਦਾ ਹੈਗਾ। ਸੋ ਬਾਈ ਜੀ ਦੀ ਨੀਅਤ ਬਹੁਤ ਸਾਫ਼ ਹੈ, ਉਹ ਬਹੁਤ ਸੱਚੇ ਦਿਲੋਂ ਲੱਗੇ ਹੋਏ ਨੇ ਅਤੇ ਵਾਰ ਵਾਰ ਤੁਹਾਡੇ ਕੋਲ ਆ ਕੇ ਇਹੀ ਤੁਹਾਡੇ ਤੋਂ ਮੰਗ ਕਰਾਂਗੇ ਕਿ ਜਿਹੜੀ ਇਹ ਲੜਾਈ ਹੈ ਉਹਦੇ 'ਚ ਤੁਹਾਡਾ ਸਾਥ ਚਾਹੀਦਾ, ਤੁਸੀਂ ਸਾਥ ਦਿਓ, ਚੰਗੇ ਬੰਦਿਆਂ ਨੂੰ ਜਿਤਾ ਕੇ ਭੇਜੋ ਤਾਂ ਕਿ ਤੁਹਾਡੇ ਹਲਕੇ ਦਾ, ਤੁਹਾਡੇ ਜਿਹੜੇ ਜਲੰਧਰ ਵੈਸਟ ਦਾ 2 ਸਾਲ ਦਾ ਪਿਛਲਾ ਜਿਹੜਾ ਆਪਣਾ ਨੁਕਸਾਨ ਹੋਇਆ ਉਹ ਅਗਲੇ ਜਿਹੜੇ 2.5 ਸਾਲ ਰਹਿੰਦੇ ਨੇ ਉਹਦੇ 'ਚ ਆਪਾਂ ਡਬਲ ਉਹਨਾਂ ਨੂੰ ਗ੍ਰਾਂਟਾਂ ਦੇ ਕੇ ਡਬਲ ਸਰਕਾਰ ਵੱਲੋਂ ਜਿਹੜੀਆਂ ਵੀ ਸਹੂਲਤਾਂ ਤੁਹਾਡੀਆਂ ਬੇਸਿਕ ਸਹੂਲਤਾਂ ਹੀ ਨਹੀਂ ਹਾਲੇ ਤਾਂ ਪੂਰੀਆਂ ਹੈਗੀਆਂ, ਸੀਵਰੇਜ ਦਾ ਜਿਹੜਾ ਬਹੁਤ ਲੋੜ ਹੈ, ਤੁਸੀਂ ਬੜਾ ਸਾਥ ਦਿੱਤਾ ਤਾਂ ਹੀ ਮਾਣ ਨਾਲ ਤੁਹਾਡੇ ਕੋਲ ਦੁਬਾਰ ਵਾਰ ਵਾਰ ਆਉਂਦੇ ਹਾਂ, ਇਸੇ ਤਰ੍ਹਾਂ ਆਉਂਦੇ ਰਹਾਂਗੇ ਅਤੇ ਇਹੀ ਤੁਹਾਡੇ ਤੋਂ ਮੰਗ ਕਰਾਂਗੇ ਕਿ ਜਿਹੜੀ ਇਹ ਲੜਾਈ ਹੈ ਆਪਾਂ ਨੇ ਸਾਰਿਆਂ ਨੇ ਰਲ ਕੇ ਲੜਨੀ ਹੈ, ਤੁਹਾਡੇ ਸਾਥ ਨਾਲ ਲੜੀ ਜਾਣੀ ਹੈਗੀ, ਕਿਉਂਕਿ ਤੁਸੀਂ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਅਸੀਂ ਕਿਸੇ ਨਾਲ ਕਿਸੇ ਵੀ ਚੀਜ਼ ਦਾ ਚਾਹੇ ਪੈਸੇ 'ਚ ਲਾ ਲਓ ਗੁੰਡਾਗਰਦੀ 'ਚ ਲਾ ਲਓ ਲੜ ਕੇ ਕਿਸੇ ਨੂੰ ਨਹੀਂ ਜਿੱਤਿਆ ਜਾ ਸਕਦਾ, ਪਰ ਤੁਹਾਡੇ ਕੋਲ ਬਹੁਤ ਵੱਡੀ ਤਾਕਤ ਹੈ ਵੋਟ ਦੀ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।